ਸਤਿਕਾਰ ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਤੇ ਮੈਂ ਸ਼ਾਲੂ ਪ੍ਰੋਗਰਾਮ ਮੁੱਦਾ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਸੋ ਅੱਜ ਪੰਜਾਬ ਦੇ ਕਿਹੋ ਜਿਹੀ ਸਿਆਸਤ ਰਹੀ ਹੈ, ਕਿਹੜੇ ਵੱਡੇ ਐਲਾਨ ਮੁੱਖ ਮੰਤਰੀ ਦੇ ਵੱਲੋਂ ਕੀਤੇ ਗਏ ਨੇ, ਹਰ ਇੱਕ ਵਿਸ਼ੇ ਦੇ ਉੱਤੇ ਅੱਜ ਚਰਚਾ ਕਰਾਂਗੇ। ਸਾਡੇ ਨਾਲ ਸਾਡੇ ਸੀਨੀਅਰ ਸਹਿਯੋਗੀ ਅਨਿਲ ਭਾਗਵਤ ਜੀ ਮੌਜੂਦ ਨੇ, ਸਾਰੇ ਵਿਸ਼ਿਆਂ ਦੇ ਬਾਰੇ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸੋ ਸਰ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ, ਤਾਂ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਬਲਵਿੰਦਰ ਸਿੰਘ ਭੁੰਦੜ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰਨੀ ਪ੍ਰਧਾਨ ਥਾਪਿਆ ਗਿਆ ਹੈ, ਇਹ ਵਿਸ਼ੇ ਨੂੰ ਕਿਵੇਂ ਦੇਖਦੇ ਹੋ? ਬਿਲਕੁਲ, ਬਹੁਤ ਅਹਿਮ ਘਟਨਾ ਚੱਕਰ ਹੈਗਾ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ। ਪਿਛਲੇ ਕੁਛ ਸਮੇਂ ਤੋਂ ਜਦੋਂ ਤੋਂ ਪਾਰਟੀ ਦੇ ਵਿੱਚ ਬਗਾਵਤ ਖੜੀ ਹੋਈ ਹੈ, ਕਈ ਲੀਡਰ ਜਿਹੜੇ ਨੇ, ਕਈ ਸੀਨੀਅਰ ਆਗੂ ਜਿਹੜੇ ਆ, ਉਹ ਪਾਰਟੀ ਦੇ ਵਿੱਚੋਂ ਉਹਨਾਂ ਨੇ ਉਹ ਬਾਗੀ ਹੋ ਗਏ ਹੈ। ਸੁਖਬੀਰ ਸਿੰਘ ਬਾਦਲ ਉਹਨਾਂ ਦੇ ਅਸਤੀਫੇ ਦੀ ਲਗਾਤਾਰ ਉਹ ਮੰਗ ਕਰ ਰਹੇ ਹੈ। ਉਹਨਾਂ ਨੇ ਇੱਕ ਮੁਹਿੰਮ ਵੀ ਛੇੜੀ ਹੋਈ ਹੈ ਸਟੇਟ ਦੇ ਵਿੱਚ। ਸੋ ਉਸ ਤੋਂ ਅੱਗੇ ਫਿਰ ਉਹਨਾਂ ਨੇ ਜਿਹੜੀ ਇੱਕ ਚਿੱਠੀ ਦਿੱਤੀ ਸ਼੍ਰੀ ਅਕਾਲ ਤਖਤ ਸਾਹਿਬ 'ਤੇ, ਉਸ ਚਿੱਠੀ ਤੋਂ ਬਾਅਦ ਫਿਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਹ ਉੱਥੇ ਪੇਸ਼ ਹੋਏ ਅਤੇ ਇਹਨਾਂ ਨੇ ਆਪਣਾ ਜਵਾਬ ਵੀ ਉੱਥੇ ਦਿੱਤਾ ਅਤੇ ਇਹਨਾਂ ਨੇ ਕਿਹਾ ਕਿ ਠੀਕ ਹੈ, ਜੋ ਵੀ ਹੈ, ਜਿਹੜੀਆਂ ਵੀ ਭੁੱਲਾਂ, ਜੋ ਵੀ ਸਾਨੂੰ ਜਿਹੜਾ ਹੈ ਹੁਕਮ ਲਾਇਆ ਜਾਏਗਾ, ਅਸੀਂ ਕਹਿੰਦੇ ਹਾਂ ਕਿ ਅਗਰ ਸਾਡੇ ਤੋਂ ਭੁੱਲਾਂ ਹੋਈਆਂ ਤਾਂ ਜੋ ਵੀ ਸਾਨੂੰ ਹੁਕਮ ਲਾਇਆ ਜਾਏਗਾ ਅਸੀਂ ਉਹਨੂੰ ਮੰਨਾਂਗੇ। ਅਤੇ ਉਸ ਤੋਂ ਅੱਗੇ ਹੁਣ ਕੱਲ੍ਹ ਇੱਕ ਬੜੀ ਇੰਪੋਰਟੈਂਟ ਮੀਟਿੰਗ ਜਿਹੜੀ ਆ, ਉਹ ਅਕਾਲੀ ਤਖ਼ਤ ਸਾਹਿਬ 'ਤੇ ਹੋਣ ਜਾ ਰਹੀ ਹੈ, ਸਿੰਘ ਸਾਹਿਬਾਨ ਉਹਦੇ 'ਚ ਹਾਜ਼ਰ ਹੋਣਗੇ। ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ, ਉਸ ਮੀਟਿੰਗ ਤੋਂ ਕੀ ਹੁਕਮਨਾਮਾ ਆਉਂਦਾ, ਉਹਦਾ ਅਸਰ ਕਿਤੇ ਨਾ ਕਿਤੇ ਫਿਰ ਉਹ ਪਾਰਟੀ ਲੀਡਰਸ਼ਿਪ 'ਤੇ ਆ ਸਕਦਾ। ਸੋ ਉਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ, ਜਿਵੇਂ ਕਿ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ, ਡਾਕਟਰ ਦਲਜੀਤ ਸਿੰਘ ਚੀਮਾ, ਉਹਨਾਂ ਨੇ ਵੀ ਮੀਡੀਆ ਨੂੰ ਇੱਕ ਰਿਲੀਜ਼ ਦੇ ਵਿੱਚ ਗੱਲ ਕੀਤੀ ਹੈ ਕਿ ਵੀਡੀਓ ਜੋ ਉਹਨਾਂ ਦਾ ਸੰਦੇਸ਼ ਆਇਆ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਬਤੌਰ ਇੱਕ ਨਿਮਾਣੇ ਸਿੱਖ ਉਸ ਫੈਸਲੇ ਨੂੰ ਸਵੀਕਾਰ ਕਰਨ ਦੇ ਲਈ, ਤਾਂ ਕਿ ਉਹ ਮਤਲਬ ਇੱਕ ਪ੍ਰਧਾਨ ਵਜੋਂ ਨਹੀਂ ਬਲਕਿ ਇੱਕ ਨਿਮਾਣੇ ਸਿੱਖ ਵਜੋਂ ਉਸ ਫੈਸਲੇ ਨੂੰ ਸਵੀਕਾਰ ਕਰਨ ਜੋ ਵੀ ਫੈਸਲਾ ਆਏਗਾ। ਸੋ ਇਸ ਕਰਕੇ ਜਿਹੜਾ ਹੈ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਵਰਕਿੰਗ ਪ੍ਰੈਜ਼ੀਡੈਂਟ ਥਾਪਿਆ ਗਿਆ। ਅਤੇ ਬਲਵਿੰਦਰ ਸਿੰਘ ਭੁੰਦੜ ਜਿਹੜੇ ਨੇ ਬਹੁਤ ਹੀ ਟਕਸਾਲੀ ਅਕਾਲੀ ਆਗੂ ਨੇ, ਉਹਨਾਂ ਦਾ ਪ੍ਰਕਾਸ਼ ਸਿੰਘ ਬਾਦਲ, ਸਵਰਗੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨਾਲ ਜੋ ਕਿ ਲੰਬੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਰਹੇ, 5 ਵਾਰ ਮੁੱਖ ਮੰਤਰੀ ਰਹੇ, ਬਹੁਤ ਵਾਰ MLA ਰਹੇ, ਓਪੋਜੀਸ਼ਨ ਦੇ ਵਿੱਚ ਵੀ ਰਹੇ। ਸੋ ਉਹ ਜੇ ਆਪਾਂ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨੇੜਲੇ ਲੀਡਰਾਂ ਦੀ, ਅਗਰ ਅਕਾਲੀ ਦਲ ਦੇ ਟਕਸਾਲੀ ਆਗੂਆਂ ਦੀ, ਤਾਂ ਉਹਨਾਂ 'ਚੋਂ ਬਲਵਿੰਦਰ ਸਿੰਘ ਭੁੰਦੜ ਜਿਹੜੇ ਨੇ ਉਹ ਇੱਕ ਨਾ ਇੱਕ ਤਰੀਕੇ ਦੇ ਪਰਿਵਾਰਕ ਮੈਂਬਰ ਹੀ ਉਹਨਾਂ ਨੂੰ ਕਿਹਾ ਜਾ ਸਕਦਾ, ਲੰਬੇ ਸਮੇਂ ਤੋਂ ਜੁੜੇ ਹੋਏ ਹੈ। ਬਲਵਿੰਦਰ ਸਿੰਘ ਭੁੰਦੜ ਹੋਣ, ਸੁਖਦੇਵ ਸਿੰਘ ਢੀਂਡਸਾ ਹੋਣ, ਜਾਂ ਜਿਹੜਾ ਹੋਰ ਕਈ ਆਗੂ ਜਿਹੜੇ ਉਸ ਵੇਲਿਆਂ 'ਚ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨਾਲ ਜੁੜੇ ਰਹੇ, ਉਹਨਾਂ 'ਚੋਂ ਹੁਣ ਇਸ ਵੇਲੇ ਮਤਲਬ ਸਥਿਤੀ ਹੈ, ਮਤਲਬ ਸਭ ਤੋਂ ਸੀਨੀਅਰ ਆਪਾਂ ਕਹਿ ਸਕਦੇ ਹਾਂ ਕਿ ਸੀਨੀਅਰ ਮੋਸਟ ਇਸ ਵੇਲੇ ਜੋ ਲੀਡਰਸ਼ਿਪ ਹੈ ਉਹਨਾਂ ਦੇ ਵਿੱਚੋਂ ਇੱਕ ਹੈ ਬਲਵਿੰਦਰ ਸਿੰਘ ਭੁੰਦੜ, ਅਤੇ ਉਹਨਾਂ ਨੂੰ ਇੱਕ ਅਹਿਮ ਜ਼ਿੰਮੇਵਾਰੀ ਜਿਹੜੀ ਹੈ ਵਰਕਿੰਗ ਪ੍ਰੈਜ਼ੀਡੈਂਟ ਦੀ ਜਿਹੜੀ ਅੱਜ ਦਿੱਤੀ ਗਈ ਹੈ। ਸੋ ਕੱਲ੍ਹ ਫੈਸਲਾ ਕੀ ਹੁੰਦਾ, ਕੀ ਕਿਸ ਪਾਸੇ ਨੂੰ ਅਕਾਲੀ ਦਲ ਦੀ ਸਿਆਸਤ ਜਾਂਦੀ ਹੈ ਉਹ ਦੇਖਣਾ ਹੋਏਗਾ, ਬਟ ਇਹ ਜ਼ਰੂਰ ਹੈ ਕਿ ਅੱਜ ਦਾ ਜਿਹੜਾ ਇਹ ਫੈਸਲਾ ਹੈ ਇਹਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਘਮਸਾਣ ਜ਼ਰੂਰ ਪੈਦਾ ਕਰਦਾ, ਜਿੱਥੇ ਜਿਹੜਾ ਬਾਗੀ ਧੜਾ ਹੈਗਾ, ਬਾਗੀ ਅਕਾਲੀ ਆਗੂ ਜਿਹੜੇ ਨੇ ਉਹਨਾਂ ਦੇ ਬਿਆਨ ਸਾਹਮਣੇ ਆਏ ਹੈ, ਉਸਦੇ ਨਾਲ ਹੀ ਕਾਂਗਰਸ ਵੱਲੋਂ ਵੀ ਜਿਹੜਾ ਹੈਗਾ ਇਸ ਫੈਸਲੇ ਦੇ ਉੱਤੇ, ਅਕਾਲੀ ਦਲ ਦੇ ਫੈਸਲੇ ਦੇ ਉੱਤੇ ਜਿਹੜਾ ਹੈ ਤੰਜ ਕਸਿਆ ਗਿਆ। ਸੋ ਕੱਲ੍ਹ ਹੁਣ ਦੇਖਣਾ ਹੋਏਗਾ ਕਿ ਕੀ ਫੈਸਲਾ ਆਉਂਦਾ, ਉਸ ਤੋਂ ਬਾਅਦ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਕੀ ਅਗਲਾ ਸਟੈਪ ਲਿੱਤਾ ਜਾਂਦਾ ਅਤੇ ਕਿਸ ਤਰੀਕੇ ਨਾਲ ਪੰਜਾਬ ਦੀ ਸਿਆਸਤ ਅੱਗੇ ਚੱਲਦੀ ਹੈ। ਬਟ ਇੰਨਾ ਕੁ ਜ਼ਰੂਰ ਹੈ ਕਿ ਅੱਜ ਜੋ ਫੈਸਲਾ ਹੋਇਆ ਉਸ ਤੋਂ ਵੀ ਅੱਗੇ ਵੱਡਾ ਘਟਨਾ ਚੱਕਰ ਜਿਹੜਾ ਹੈ ਆਪਾਂ ਨੂੰ ਕੱਲ੍ਹ ਦੇਖਣ ਨੂੰ ਮਿਲ ਸਕਦਾ ਜੀ। ਇੱਕ ਹੋਰ ਸਵਾਲ ਕਰਨਾ ਚਾਹਾਂਗੀ, ਜਿਵੇਂ ਕੱਲ੍ਹ ਦੀ ਗੱਲ ਹੈ ਨਾ ਕਿ ਅਕਾਲ ਤਖ਼ਤ ਸਾਹਿਬ ਤੋਂ ਕੀ ਫਰਮਾਨ ਆਉਂਦਾ, ਇਹ ਵੀ ਦੇਖਣਾ ਬਣੇਗਾ। ਪਰ ਦੂਜੇ ਪਾਸੇ ਬਿਆਨਬਾਜ਼ੀਆਂ ਜਿਵੇਂ ਦੀਆਂ ਅੱਜ ਆਈਆਂ ਨੇ, ਹੈ ਨਾ, ਬਾਗੀ ਧੜਾ ਕਿਹਾ ਜਾ ਸਕਦਾ ਹੈ, ਜਿਵੇਂ ਦੇ ਬਿਆਨ ਆ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਇਨਡਾਇਰੈਕਟਲੀ ਇਹ ਕਿਹਾ ਜਾ ਰਿਹਾ ਕਿ ਕੋਈ ਡਰ ਸਤਾ ਰਿਹਾ, ਇੱਕ ਪਾਸੇ ਕੱਲ੍ਹ ਦਾ
ਫੈਸਲਾ ਤੇ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਜਦੋਂ ਪ੍ਰਧਾਨ ਸੀਗੇ ਤਾਂ ਕਾਰਜਕਾਰਨੀ ਪ੍ਰਧਾਨ ਥਾਪੜ ਦੀ ਕੀ ਜ਼ਰੂਰਤ ਸੀ, ਅਜਿਹੇ ਬਿਆਨ ਦੇਖਣ ਨੂੰ ਮਿਲ ਰਹੇ ਨੇ, ਇਹਨਾਂ ਨੂੰ ਕਿਵੇਂ ਦੇਖਦੇ ਹੋ? ਬਿਲਕੁਲ, ਪੋਲਿਟਿਕਸ ਜਿਵੇਂ ਮੈਂ ਕਿਹਾ ਕਿ ਪੋਲਿਟਿਕਸ ਜਿਹੜੀ ਆ ਉਹ ਬਹੁਤ ਜ਼ਿਆਦਾ ਹਾਵੀ ਹੈ ਇਸ ਵੇਲੇ ਜੀ. ਇੱਕ ਫੈਸਲਾ ਉਹਨਾਂ ਨੇ ਲਿਆ, ਉਹਦੇ ਉੱਤੇ ਕਾਂਗਰਸ ਵੱਲੋਂ ਵੀ ਰਿਐਕਸ਼ਨ ਆਇਆ, ਉਹਦੇ ਉੱਤੇ ਜੋ ਬਾਗੀ ਧੜਾ ਹੈਗਾ ਉਹਦੇ ਵੱਲੋਂ ਵੀ ਰਿਐਕਸ਼ਨ ਆਇਆ, ਅਤੇ ਹੋਰ ਵੀ ਰਿਐਕਸ਼ਨ ਜਿਹੜੇ ਆ ਮਤਲਬ ਜਿਹੜੇ ਉਹ ਚੱਲਣਗੇ, ਉਹਦਾ ਸਿਲਸਿਲਾ ਜਿਹੜਾ ਹੈਗਾ ਉਹ ਹੋਰ ਤੇਜ਼ ਹੋਏਗਾ. ਬਟ ਇੱਕ ਗੱਲ ਕਰਕੇ ਜੋ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਨੇ ਗੱਲ ਕਹੀ ਹੈ ਕਿ ਜੋ ਵੀ ਫੈਸਲਾ ਆਏਗਾ ਉਹ ਉਹਨੂੰ ਇੱਕ ਨਿਮਾਣੇ ਸਿੱਖ ਵਜੋਂ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਉਹਨੂੰ ਫੈਸਲੇ ਨੂੰ ਸਵੀਕਾਰ ਕਰਨਗੇ. ਉਸੇ ਚੀਜ਼ ਦੇ ਮੱਦੇਨਜ਼ਰ ਜਿਹੜਾ ਹੈਗਾ ਅੱਜ ਇਹ ਫੈਸਲਾ ਲਿੱਤਾ ਗਿਆ. ਔਰ ਸੋ ਕੱਲ੍ਹ ਦਾ ਇੰਤਜ਼ਾਰ ਆਪਾਂ ਨੂੰ ਕਰਨਾ ਪਏਗਾ, ਬਟ ਇੰਨਾ ਜ਼ਰੂਰ ਹੈ ਕਿ ਕੱਲ੍ਹ ਤੋਂ ਬਾਅਦ ਜਿਹੜੀ ਸਿਆਸਤ ਹੈ ਉਹ ਹੋਰ ਮਗ ਜਾਏਗੀ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ, ਕਿਉਂਕਿ ਬੜੀ ਛੇਤੀ ਜ਼ਿਮਨੀ ਚੋਣਾਂ ਵੀ ਅੱਗੇ ਆਉਣ ਜਾ ਰਹੀਆਂ. ਸੋ ਸਿਆਸਤ ਤਾਂ ਪਹਿਲਾਂ ਹੀ ਮਗੀ ਹੋਈ ਹੈ, ਬਟ ਇਸ ਜੋ ਅੱਜ ਦਾ ਫੈਸਲਾ ਹੈਗਾ ਇਹਨੇ ਇੱਕ ਨਵੀਂ ਜਿਹੜੀ ਸਿਆਸੀ ਸਰਗਰਮੀ ਹੈ ਉਹਨੂੰ ਜਨਮ ਦੇ ਦਿੱਤਾ ਜੀ. ਤੇ ਦੂਜੇ ਪਾਸੇ ਪੰਜਾਬ ਦੀ ਜਿਵੇਂ ਗੱਲ ਹੋਈ ਹੈ, ਗੱਲ ਕਰ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ, ਤਾਂ ਵੱਡੀ ਕੈਬਨਿਟ ਮੀਟਿੰਗ ਹੋਈ ਹੈ, ਇਸ ਵਿੱਚ ਫੈਸਲੇ ਵੱਡੇ ਲਏ ਗਏ ਨੇ, ਇਹ ਫੈਸਲਿਆਂ ਦਾ ਜ਼ਿਕਰ ਜ਼ਰੂਰ ਕਰੋ. ਨਾ ਬਿਲਕੁਲ, ਫੈਸਲੇ ਦੇਖੋ, ਸਭ ਤੋਂ ਵੱਡਾ ਫੈਸਲਾ ਤਾਂ ਹੈ ਕਿ ਪੰਚਾਇਤੀ ਚੋਣਾਂ ਜੀ, ਉਹਨੂੰ ਲੈ ਕੇ ਇੱਕ ਆਮ ਸਹਿਮਤੀ ਕੁਛ ਦਿਨ ਪਹਿਲਾਂ ਬਣੀ ਸੀ ਕਿ ਪੰਚਾਇਤੀ ਚੋਣਾਂ ਦੇ ਵਿੱਚ ਜਿਹੜਾ ਹੈ ਸਿੰਬਲ 'ਤੇ, ਪਾਰਟੀ ਸਿੰਬਲ 'ਤੇ ਨਾ ਲੜੀਆਂ ਜਾਣ, ਉਹਦੇ ਨਾਲ ਧੜੇਬੰਦੀ ਪੈਦਾ ਹੁੰਦੀ ਹੈ, ਆਜ਼ਾਦ ਤੌਰ 'ਤੇ ਲੜਨ ਜਾਂ ਸਰਬਸੰਮਤੀ ਹੋ ਜਾਵੇ ਪਿੰਡਾਂ ਦੇ ਵਿੱਚ, ਤਾਂ ਕਿ ਪਿੰਡਾਂ ਦੇ ਛੋਟੇ ਛੋਟੇ ਪਿੰਡ ਹੈ, ਪਿੰਡਾਂ ਦੇ ਵਿੱਚ ਜਿਹੜਾ ਹੈਗਾ ਉਹ ਵਿਕਾਸ 'ਤੇ ਪ੍ਰਭਾਵ ਨਾ ਪਵੇ, ਧੜੇਬੰਦੀਆਂ ਨਾ ਹੋਣ, ਹਰ 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 ਪਰਿਵਾਰ ਦੀ ਦੂਜੇ ਪਰਿਵਾਰ ਦੇ ਨਾਲ ਸਾਂਝ ਹੈ, ਉੱਥੇ ਇੱਕ ਘਰ ਦੀ ਦੂਜੇ ਘਰ ਦੇ ਨਾਲ ਬਿਲਕੁਲ ਉਹ ਮਤਲਬ ਆਪਸੀ ਇੰਨਾ ਕੁ ਭਾਈਚਾਰਾ ਹੈਗਾ ਪਿੰਡਾਂ ਦਾ ਕਿ ਉਹ ਜਦੋਂ ਫਿਰ ਇਸ ਤਰੀਕੇ ਦੇ ਨਾਲ ਪਾਰਟੀਬਾਜ਼ੀ 'ਚ ਆ ਕੇ, ਠੀਕ ਹੈ ਅਸੈਂਬਲੀ ਇਲੈਕਸ਼ਨ ਹੈ, ਪਾਰਲੀਮੈਂਟ ਇਲੈਕਸ਼ਨ ਹੈ, ਉਹ 'ਚ ਉਹ ਹੋਰ ਤਰ੍ਹਾਂ ਦਾ ਹੁੰਦਾ, ਉਹਦੇ 'ਚ ਇੰਨੀ ਕੜੱਤਣ ਨਹੀਂ ਪੈਦਾ ਹੁੰਦੀ, ਪਰ ਜੇ ਇੱਥੇ ਪਾਰਟੀਬਾਜ਼ੀ ਹੋ ਜਾਂਦੀ ਫਿਰ ਕੜੱਤਣ ਬਹੁਤ ਪੈਦਾ ਹੁੰਦੀ ਹੈ. ਉਸ ਚੀਜ਼ ਨੂੰ ਰੋਕਿਆ ਜਾਵੇ ਕਿ ਠੀਕ ਹੈ ਅਗਰ ਤੁਸੀਂ ਲੜਨਾ ਚਾਹੁੰਦੇ ਹੋ ਤਾਂ ਪਾਰਟੀ ਲੈਵਲ 'ਤੇ ਨਹੀਂ, ਤੁਸੀਂ ਆਪਣੇ ਲੈਵਲ 'ਤੇ ਲੜੋ, ਆਪਣਾ ਸਿੰਬਲ ਅਲਾਟ ਕਰਵਾਓ, ਉਸ 'ਤੇ ਲੜੋ, ਆਪਣੀ ਸ਼ਾਂਤੀਪੂਰਵਕ ਜਿਹੜਾ ਹੈ ਕੰਪੇਨਿੰਗ ਕਰੋ. ਸੋ ਉਸ ਚੀਜ਼ ਨੂੰ ਲੈ ਕੇ ਸਰਕਾਰ ਵੱਲੋਂ ਇੱਕ ਫੈਸਲਾ ਲਿੱਤਾ ਗਿਆ, ਇਹ ਅਮੈਂਡਮੈਂਟ ਹੋਣੀ ਹੈ, ਅਮੈਂਡਮੈਂਟ ਨੂੰ ਮਨਜ਼ੂਰੀ ਜਿਹੜੀ ਹੈ ਹਰੀ ਝੰਡੀ ਜਿਹੜੀ ਹੈ ਉਹ ਕੈਬਨਿਟ ਨੇ ਦੇਣੀ ਹੁੰਦੀ ਹੈ, ਫਾਰਮਲ ਤੌਰ 'ਤੇ ਉਹ ਦਿੱਤੀ ਗਈ ਹੈ 94-1994 ਜਿਹੜਾ ਐਕਟ ਉਹਦੇ 'ਚ, ਅਤੇ ਉਹ ਹੁਣ ਜਿਹੜੀ ਹੈਗੀ ਇਹ ਬਿੱਲ ਜਾਏਗਾ ਅੱਗੇ ਸੈਸ਼ਨ ਦੇ ਵਿੱਚ, ਹੁਣ ਜਿਹੜਾ ਵਿਧਾਨ ਸਭਾ ਸੈਸ਼ਨ ਆ ਰਿਹਾ ਉਹਦੇ 'ਚ ਇਹ ਬਿੱਲ ਆਏਗਾ 2 ਤਰੀਕ ਤੋਂ ਲੈ ਕੇ 4 ਤਰੀਕ ਤੱਕ ਜਿਹੜਾ ਹੈਗਾ. ਸੋ ਇੱਕ ਤਾਂ ਇਹ ਜਿਹੜਾ ਬਿੱਲ ਆਏਗਾ ਅਤੇ ਉਹਨੂੰ ਮਨਜ਼ੂਰੀ ਮਿਲ ਜਾਏਗੀ, ਨੈਚੁਰਲ ਜੀ ਗੱਲ ਹੈ, ਪਾਰਟੀ ਆਮ ਆਦਮੀ ਪਾਰਟੀ ਕੋਲ ਮੈਜੋਰਿਟੀ ਹੈ, ਮਨਜ਼ੂਰੀ ਉਹਨੂੰ ਮਿਲ ਜਾਏਗੀ, ਅਤੇ ਅੱਗੇ ਉਸ ਤੋਂ ਫਿਰ ਉਹ ਜਦੋਂ ਫਿਰ ਉੱਥੇ ਗਵਰਨਰ ਸਾਹਿਬ ਦੇ ਸਾਈਨ ਹੋ ਜਾਣਗੇ ਤਾਂ ਉਹ ਐਕਟ ਬਣ ਜਾਏਗਾ, ਉਹ ਮਨਜ਼ੂਰੀ ਮਤਲਬ ਉਹਨੂੰ ਅਪਰੂਵਲ ਹੋ ਜਾਏਗੀ, ਅਤੇ ਉਸ ਤੋਂ ਬਾਅਦ ਜਿਹੜੀ ਨੈਕਸਟ ਪੰਚਾਇਤੀ ਚੋਣਾਂ ਜਿਹੜੀਆਂ ਹੈਗੀਆਂ ਉਹ ਬਿਲਕੁਲ ਰਾਹ ਪੱਧਰਾ ਹੋ ਜਾਏਗਾ ਕਿ ਉਹ ਬਿਨਾਂ ਪਾਰਟੀ ਸਿੰਬਲ ਤੋਂ ਲੜੀਆਂ ਜਾਣ. ਅਤੇ ਨਾਲ ਹੀ ਫਿਰ ਉਸ ਤੋਂ ਅੱਗੇ ਆਪਾਂ ਕਰੀਏ ਜੀ ਐਸ ਟੀ ਐਕਟ ਜਿਹੜਾ ਹੈਗਾ ਉਹਦੇ ਵਿੱਚ ਵੀ ਇੱਕ ਸੋਧ ਜਿਹੜੀ ਆ ਉਹਨੂੰ ਮਨਜ਼ੂਰੀ ਦਿੱਤੀ ਗਈ ਹੈ, ਅਤੇ ਨਾਲ ਹੀ ਪੀ ਸੀ ਐਸ ਜੀ ਪੀ ਸੀ ਐਸ ਜਿਹੜੇ ਪੋਸਟਾਂ ਹੈਗੀਆਂ ਉਹਨਾਂ ਦੇ ਵਿੱਚ ਵਾਧੇ ਨੂੰ ਲੈ ਕੇ 8 ਸਾਲ ਬਾਅਦ ਇੱਕ ਫੈਸਲਾ ਆਇਆ ਕਿ ਪਹਿਲਾਂ ਜਿਹੜੀਆਂ 310 ਪੋਸਟਾਂ ਹੈਗੀਆਂ ਉਹਨਾਂ ਦੇ ਵਿੱਚ ਹੋਰ ਤਕਰੀਬਨ 60 ਪੋਸਟਾਂ ਹੋਰ, ਮਤਲਬ 59 ਪੋਸਟਾਂ ਉਹ 310 ਤੋਂ ਵਧਾ ਕੇ 369 ਕਰਨ ਦਾ ਫੈਸਲਾ ਜਿਹੜਾ ਉਹ ਲਿੱਤਾ ਗਿਆ, ਤਾਂ ਕਿ ਨੌਜਵਾਨਾਂ ਨੂੰ ਰੁਜ਼ਗਾਰ ਜਿਹੜਾ ਹੈ ਉਹ ਰੁਜ਼ਗਾਰ ਦੇ ਸਾਧਨ ਹੋਰ ਮੁਹੱਈਆ ਕਰਵਾਏ ਜਾ ਸਕਣ. ਸੋ ਇਸ ਦੇ ਨਾਲ ਨਾਲ ਕਈ ਹੋਰ ਅਹਿਮ ਫੈਸਲੇ ਵੀ ਲਿੱਤੇ ਗਏ ਹਾਂ. ਸੋ ਅੱਜ ਦੀ ਮੀਟਿੰਗ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਅਹਿਮ ਰਹੀ, ਕਾਫੀ ਅਹਿਮ ਫੈਸਲੇ ਲਿੱਤੇ ਗਏ ਹਾਂ, ਔਰ ਇਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇੰਪੈਕਟ ਹੈ ਉਹ ਵੀ ਸਾਨੂੰ ਪੰਜਾਬ 'ਚ ਦੇਖਣ ਨੂੰ ਮਿਲੇਗਾ ਜੀ. ਫੈਸਲਿਆਂ ਦੀ ਗੱਲ ਕਰੀਏ ਤਾਂ ਕੋਈ ਵਿਰੋਧ ਵੀ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ, ਕਿਹਾ ਜਾ ਸਕਦਾ ਕਿ ਪੰਜਾਬ ਦੇ ਹਿੱਤ ਦੇ ਫੈਸਲੇ ਲਏ ਗਏ? ਹਾਂ ਬਿਲਕੁਲ, ਦੇਖੋ ਨੈਚੁਰਲ ਚੀਜ਼ ਹੈ, ਅਗਰ ਪੰਚਾਇਤੀ ਚੋਣਾਂ ਦੇ ਵਿੱਚ ਇਹ ਫੈਸਲਾ ਕਿ ਭਾਈਚਾਰਕ ਸਾਂਝ ਦੇ ਨਾਲ ਚੋਣਾਂ ਹੋਣ ਤਾਂ ਵਧੀਆ ਗੱਲ ਹੈ. ਇਸੇ ਤਰੀਕੇ ਨਾਲ ਪੀ ਸੀ ਐਸ ਦੀਆਂ ਅਸਾਮੀਆਂ ਜਿਹੜੀਆਂ ਇਹ ਉਹਨਾਂ ਨੂੰ ਵਧਾਉਣ ਦੀ ਗੱਲ ਕੀਤੀ ਗਈ ਹੈ, ਕਿਉਂਕਿ ਪੰਜਾਬ ਦੇ ਵਿੱਚ ਤਹਿਸੀਲਾਂ ਔਰ ਸਬ ਡਿਵੀਜ਼ਨਾਂ ਪਿਛਲੇ ਸਮੇਂ ਨਾਲੋਂ ਬਹੁਤ ਜ਼ਿਆਦਾ ਵੱਧ ਗਈਆਂ. ਸੋ ਉੱਥੇ ਅਮਲਾ ਜਿਹੜਾ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਉਹਦੇ ਵਿੱਚ ਹੋਰ ਵਾਧਾ
ਕੀਤਾ ਜਾਵੇ, ਅਸਾਮੀਆਂ ਜਿਹੜੀਆਂ ਖਾਲੀ ਪਈਆਂ ਉਹਨਾਂ ਨੂੰ ਕਿਵੇਂ ਭਰਿਆ ਜਾਵੇ, ਸਮੂਥ ਫੰਕਸ਼ਨਿੰਗ ਕਿਵੇਂ ਹੋ ਗਏ ਉਹ ਹੈ। ਸੋ ਇਸ ਦੇ ਨਾਲ ਹੀ ਜਿਵੇਂ GST ਦਾ ਫੈਸਲਾ ਹੈਗਾ ਜਾਂ ਹੋਰ ਫੈਸਲੇ ਹੈਗੇ, ਤਮਾਮ ਸਾਰੇ ਫੈਸਲੇ ਜਿਹੜੇ ਹੈਗੇ ਲੋਕਾਂ ਦੇ ਹਿੱਤ ਦੇ ਫੈਸਲੇ ਕਾਫੀ ਜਿਹੜਾ ਹੈ ਇਹਨਾਂ ਦੀ ਜ਼ਰੂਰਤ ਵੀ ਸੀ, ਟਾਈਮ ਦੀ ਜ਼ਰੂਰਤ ਸੀ। ਸੋ ਫੈਸਲੇ ਹੋਏ ਆ ਉਹਨਾਂ 'ਤੇ ਜਿਨ੍ਹਾਂ 'ਤੇ ਜ਼ਰੂਰਤ ਹੈਗੀ ਕਿ ਅਸੈਂਬਲੀ ਦੇ ਵਿੱਚ ਉਹਨਾਂ ਨੂੰ ਮਨਜ਼ੂਰੀ ਮਿਲੇ, ਉਹ ਵੀ ਜਿਹੜਾ ਹੈ ਲਗਭਗ ਤੈਅ ਕਿ ਮਨਜ਼ੂਰੀ ਮਿਲ ਜਾਏਗੀ। ਸੋ ਇਹਨਾਂ ਦਾ ਇੰਪੈਕਟ ਜਿਹੜਾ ਹੈ ਆਉਣ ਵਾਲੇ ਟਾਈਮ 'ਚ ਪੰਜਾਬ ਦੇ ਜਨਤਾ ਨੂੰ ਦੇਖਣ ਨੂੰ ਮਿਲੇਗਾ ਜੀ। ਅਤੇ ਇੱਕ ਹੋਰ ਵੱਡਾ ਮੁੱਦਾ ਜ਼ਰੂਰ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ, ਕੈਨੇਡਾ ਦੀ ਗੱਲ ਹੈ, ਪੰਜਾਬ ਦੀ ਵੱਡੀ ਤਾਦਾਦ ਕਹਿ ਲਓ ਕਿ ਕੈਨੇਡਾ ਦੇ ਵਿੱਚ ਜਾਂਦੀ ਹੈ ਨਾ, ਪਰ ਜਿਵੇਂ ਵਰਕ ਪਰਮਿਟ ਦੀ ਗੱਲ ਹੋਈ ਹੈ ਕਿ ਉੱਥੇ ਜੋ ਨਹੀਂ ਵਰਕ ਪਰਮਿਟ ਦੇ ਹਿਸਾਬ ਦੇ ਨਾਲ ਜੋ ਵਿਜ਼ਿਟਰ ਵੀਜ਼ਾ 'ਤੇ ਜਾ ਰਹੇ ਨੇ ਉਹਨਾਂ ਨੂੰ ਕੰਮ ਨਹੀਂ ਮਿਲੇਗਾ, ਵਰਕ ਪਰਮਿਟ ਹੀ 'ਤੇ ਹੀ ਕੰਮ ਮਿਲੇਗਾ, ਇਹ ਕੀ ਸਿਸਟਮ ਹੈ ਇਹ ਵੀ ਦੱਸੋ। ਦੇਖੋ ਨੈਚੁਰਲ ਜੀ ਚੀਜ਼ ਹੈ ਕਿ ਅਗਰ ਮਤਲਬ ਜਿਸ ਕੰਮ ਵਾਸਤੇ ਜਾ ਰਹੇ ਹੋ ਉਹੀ ਕੰਮ ਉੱਥੇ ਜਾ ਕੇ ਕੀਤਾ ਜਾਵੇ, ਇੱਕ ਲੀਗੈਲਿਟੀ ਦੀ ਗੱਲ ਹੈਗੀ। ਪਹਿਲਾਂ ਥੋੜ੍ਹਾ ਨੋਰਮ ਜਿਹੜੇ ਹੈ ਉਹ ਨਰਮ ਸੀਗੇ ਅਤੇ ਉਹਦੇ 'ਚ ਕਿਤੇ ਨਾ ਕਿਤੇ ਫਿਰ ਉਹ ਕਾਨੂੰਨੀ ਲਕੂਲਾ ਕੱਢ ਕੇ ਅਤੇ ਉਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਚੱਲਦਾ ਸੀ, ਬਟ ਹੁਣ ਜਿਹੜੇ ਆ ਨੋਰਮਸ ਕਾਫੀ ਸਖਤ ਕਰਦੇ ਗਏ ਆ, ਨਵੇਂ ਤਰੀਕੇ ਦੇ ਨੋਰਮਸ ਆ ਗਏ ਆ, ਉਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਜੋ ਸਾਡੇ ਇੱਥੋਂ ਬਾਹਰ ਗਏ ਚਾਹੇ ਸਟੂਡੈਂਟਸ ਹੈਗੇ ਜਾਂ ਵਿਜ਼ਿਟਰਸ ਹੈਗੇ ਜਾਂ ਹੋਰ ਬੈਠੇ ਉਹਨਾਂ ਦੇ ਲਈ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਚਿੰਤਾ ਦੀ ਗੱਲ ਤਾਂ ਜ਼ਰੂਰ ਹੈ, ਬਟ ਫਿਰ ਵੀ ਕਿਉਂਕਿ ਅਗਰ ਲੀਗਲ ਤੌਰ 'ਤੇ ਆਪਾਂ ਇੱਥੋਂ ਜਾਈਏ ਇੱਥੋਂ ਪੂਰੇ ਕਾਗਜ਼ ਪੱਤਰ ਕਰਕੇ ਔਰ ਅਗਰ ਵਰਕ ਪਰਮਿਟ ਲੈ ਕੇ ਜਾਈਏ, ਵਰਕ ਕਰਨ ਜਾ ਰਹੇ ਤਾਂ ਵਰਕ ਪਰਮਿਟ ਲੈ ਕੇ ਜਾਈਏ, ਅਗਰ ਘੁੰਮਣ ਜਾਣਾ ਤਾਂ ਫਿਰ ਟੂਰਿਸਟ ਵੀਜ਼ਾ ਉਸੇ ਤਰੀਕੇ ਨਾਲ ਕਰੀਏ ਅਵੇਲ ਕਰੀਏ। ਸੋ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿਤੇ ਨਾ ਕਿਤੇ ਜਿਹੜੇ ਇਸ ਟਾਈਮ ਉੱਥੇ ਹੈਗੇ ਉਹਨਾਂ ਵਾਸਤੇ, ਬਟ ਅੱਗੇ ਵਾਸਤੇ ਜਿਹੜਾ ਹੈਗਾ ਆਉਣ ਵਾਲੇ ਟਾਈਮ ਵਾਸਤੇ ਉਹ ਇੱਕ ਨਸੀਹਤ ਵੀ ਹੈ ਕਿ ਆਪਾਂ ਇੱਥੋਂ ਮਤਲਬ ਬਿਲਕੁਲ ਪੱਕੇ ਤੌਰ 'ਤੇ ਪੂਰੇ ਕਾਗਜ਼ੀ ਕਾਰਵਾਈ ਪੂਰੀ ਕੰਪਲੀਟ ਕਰਦੇ ਹੋਏ ਉਸ ਹਿਸਾਬ ਨਾਲ ਹੀ ਅੱਗੇ ਤੁਰਿਆ ਜਾਵੇ ਤਾਂ ਕਿ ਉੱਥੇ ਜਾ ਕੇ ਫਿਰ ਔਕੜ ਨਾ ਆਵੇ। ਬਟ ਇਸ ਵੇਲੇ ਜੋ ਮੌਜੂਦਾ ਪੋਜੀਸ਼ਨ ਹੈਗੀ ਜਿਹੜੇ ਇਸ ਵੇਲੇ ਉੱਥੇ ਸਾਡੇ ਭਾਰਤੀ ਜਾ ਕੇ ਵਸੇ ਹੋਏ ਆ ਪੰਜਾਬੀ ਖਾਸ ਤੌਰ 'ਤੇ ਉੱਥੇ ਜ਼ਿਆਦਾ ਤਾਦਾਦ 'ਚ ਹੈਗੇ, ਸੋ ਉਹਨਾਂ ਵਾਸਤੇ ਚਿੰਤਾ ਦਾ ਵਿਸ਼ਾ ਜ਼ਰੂਰ ਹੈ। ਸੋ ਇਹ ਤਾਂ ਲੱਗਦਾ ਕਿ ਕੇਂਦਰ ਸਰਕਾਰ ਵੀ ਕੋਈ ਨਾ ਕੋਈ ਜਿਹੜਾ ਹੈ ਉੱਥੇ ਉੱਥੇ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਕੋਈ ਨਾ ਕੋਈ ਰਸਤਾ ਕੱਢੇਗੀ ਤਾਂ ਕਿ ਮਤਲਬ ਸਾਡੇ ਜਿਹੜੇ ਉੱਥੇ ਸਾਡੇ ਨਾਗਰਿਕ ਨੇ NRIs ਤਾਂ ਖਾਸ ਕਰਕੇ ਜਿਹੜੇ ਨੇ ਉਹਨਾਂ ਲਈ ਕੋਈ ਮੁਸੀਬਤ ਨਾ ਆਵੇ, ਉਮੀਦ ਇਹੀ ਕਰਦੇ ਹਾਂ ਕਿ ਛੇਤੀ ਜਿਹੜੀ ਚਿੰਤਾ ਹੈਗੀ ਉਹ ਦੂਰ ਹੋਏਗੀ। ਜੀ ਜਿਵੇਂ PM ਟਰੂਡੋ ਦੀ ਗੱਲ ਕਰ ਲੈਂਦੇ ਹਾਂ ਨਾ, ਉਹਨਾਂ ਅਜਿਹਾ ਵੀ ਦਾਅਵਾ ਕੀਤਾ ਜਾ ਰਿਹਾ ਕਿ ਅਜਿਹਾ ਕਦਮ ਇਸ ਕਾਰਨ ਚੁੱਕਿਆ ਗਿਆ ਕਿਉਂਕਿ ਕੈਨੇਡਾ ਦੇ ਵਿੱਚ ਰੁਜ਼ਗਾਰ ਕਾਫੀ ਘੱਟ ਗਿਆ ਅਤੇ ਇਲੈਕਸ਼ਨ ਨਜ਼ਦੀਕ ਆ ਗਏ ਨੇ, ਵੋਟਿੰਗ ਦਾ ਕਿਤੇ ਨਾ ਕਿਤੇ ਡਰ ਹੈ ਕਿ ਇਸ ਦੇ ਨਾਲ ਘੱਟ ਸਕਦੀ, ਇਸ ਕਾਰਨ ਜੋ ਪ੍ਰਵਾਸੀ ਨੇ ਉਹਨਾਂ ਦੀ ਸੰਖਿਆ ਘਟਾਉਣ ਦਾ ਕਿਤੇ ਨਾ ਕਿਤੇ ਇਹ ਪ੍ਰਯਾਸ ਕੀਤਾ ਜਾ ਰਿਹਾ। ਲੱਗਦਾ ਜਿਵੇਂ ਵੱਡੇ ਪੱਧਰ ਦੇ ਉੱਤੇ ਪੰਜਾਬੀ ਵੀ PR ਨੇ ਤੇ ਇਹ ਕਿਤੇ ਨਾ ਕਿਤੇ ਭਾਰੂ ਜ਼ਰੂਰ ਪੈ ਸਕਦਾ ਕੈਨੇਡਾ ਦੀ ਸਰਕਾਰ ਤੇ। ਦੇਖੋ ਇਹ ਤਾਂ ਹੁਣ ਟਾਈਮ ਦੱਸੇਗਾ ਕਿਸ ਤਰੀਕੇ ਦੇ ਨਾਲ ਹੁੰਦਾ, ਕਿਉਂਕਿ ਉੱਥੇ ਸਾਡੇ ਵੀ ਜਿਹੜੇ ਉੱਥੇ ਵਸੇ ਹੋਏ ਆ ਜਾ ਕੇ ਵਸਨੀਕ ਹੋ ਚੁੱਕੇ ਆ, ਉਹ ਉਹਨਾਂ ਦੀ ਵੀ ਸੰਖਿਆ ਦੇ ਮੁਤਾਬਕ ਉੱਥੇ MPs ਸਾਡੇ ਬਹੁਤ ਚੁਣੇ ਜਾਂਦੇ ਆ, ਉੱਥੇ ਪਬਲਿਕ ਰਿਪ੍ਰੈਜ਼ੈਂਟੇਟਿਵਸ ਪੰਜਾਬੀਆਂ ਦੇ ਵਿੱਚੋਂ ਖਾਸ ਕਰਕੇ ਬਹੁਤ ਜ਼ਿਆਦਾ ਚੁਣੇ ਜਾਂਦੇ ਆ, ਵੱਡੇ ਵੱਡੇ ਅਹੁਦਿਆਂ 'ਤੇ ਵੀ ਉੱਥੇ ਹੈਗੇ। ਸੋ ਕੁੱਲ ਮਿਲਾ ਕੇ ਉੱਥੇ ਇਹੀ ਹੈ ਕਿ ਚੰਗੀ ਤਰ੍ਹਾਂ ਪਹਿਲਾਂ ਤਾਂ ਇਹਨਾਂ ਨੂੰ ਘੋਖਣਾ ਪਏਗਾ ਇਹ ਚੀਜ਼ਾਂ ਨੂੰ ਕਿ ਐਕਟ ਜਿਹੜਾ ਐਕਟ ਦੇ ਵਿੱਚ ਜੋ ਤਰਮੀਮਾਂ ਹੋ ਰਹੀਆਂ, ਜੋ ਬਦਲਾਵ ਹੋ ਰਿਹਾ ਉਹ ਐਕਚੁਅਲ 'ਚ ਹੈ ਕੀ ਹੈ। ਉਹ ਸਾਰਾ ਘੋਖਣ ਤੋਂ ਬਾਅਦ ਫਿਰ ਜੋ ਵੀ ਲੀਗਲ ਰਿਮਿਡੀਜ਼ ਜਿਹੜੀ ਲੱਤੀ ਜਾ ਸਕਦੀਆਂ ਉਹ ਲੱਤੀਆਂ ਜਾਣਗੀਆਂ। ਸੋ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਛੇਤੀ ਜਿਹੜਾ ਇਹ ਇੱਕ ਜਿਹੜੀ ਚਿੰਤਾ ਪੈਦਾ ਹੋਈ ਹੈ ਉਹ ਛੇਤੀ ਦੂਰ ਹੋਏਗੀ ਔਰ ਉਹਨੂੰ ਲੈ ਕੇ ਜਿੱਥੇ ਸਾਡੇ ਲੀਗਲ ਐਕਸਪਰਟਸ ਜਿਹੜੇ ਆ ਉਹ ਕੋਈ ਨਾ ਕੋਈ ਰਸਤਾ ਕੱਢਣਗੇ, ਉੱਥੇ ਹੀ ਸਾਡੀ ਕੇਂਦਰ ਸਰਕਾਰ ਵੀ ਇਸ ਚੀਜ਼ ਨੂੰ ਗੰਭੀਰਤਾ ਨਾਲ ਲਏਗੀ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਕੋਈ ਅਜਿਹਾ ਮੈਸੇਜ ਜੋ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ? ਬਿਲਕੁਲ, ਦੇਖੋ ਇਸ ਵੇਲੇ ਸਿਆਸਤ ਬਿਲਕੁਲ ਗਰਮਾ ਚੁੱਕੀ ਹੈ, ਹਰਿਆਣਾ ਦੇ ਵਿੱਚ ਵੀ ਨਾਲ ਚੋਣਾਂ ਚੱਲ ਰਹੀਆਂ, ਉੱਧਰ ਜੰਮੂ ਕਸ਼ਮੀਰ ਦੇ ਵਿੱਚ ਵੀ ਚੋਣਾਂ ਚੱਲ ਰਹੀਆਂ, ਇਸੇ ਤਰੀਕੇ ਨਾਲ ਪੰਜਾਬ 'ਚ ਵੀ ਜਿਹੜਾ ਹੈਗਾ ਜ਼ਿਮਨੀ ਚੋਣਾਂ ਆਉਣੀਆਂ, ਪਰ ਉਸ ਤੋਂ ਪਹਿਲਾਂ ਜਿਹੜਾ ਇੱਕ ਫੈਸਲਾ ਸਰਕਾਰ ਵੱਲੋਂ ਲਏਗਾ ਪੰਚਾਇਤੀ ਚੋਣਾਂ ਨੂੰ ਲੈ ਕੇ, ਇਹ ਕਿਤੇ ਨਾ ਕਿਤੇ ਆਪਾਂ ਇਹ ਮੰਨਣਾ ਪਏਗਾ ਕਿ ਪਿੰਡਾਂ ਦੀ ਸਦਭਾਵਨਾ
ਪਿੰਡਾਂ ਦੇ ਆਪਸੀ ਭਾਈਚਾਰੇ ਦੀ ਸਾਂਝ ਨੂੰ ਬਣਾ ਕੇ ਰੱਖਣ ਵਾਸਤੇ ਇੱਕ ਅਹਿਮ ਫੈਸਲਾ ਹੈ। ਛੇਤੀ ਲੱਗਦਾ ਕਿ ਇਹਤੇ ਮੋਹਰ ਲੱਗ ਜਾਏਗੀ, ਕਿਉਂਕਿ ਇਹ ਸੈਸ਼ਨ 2 ਤਰੀਕ ਤੋਂ ਆਉਣਾ ਔਰ 2, 3, 4 ਦਾ ਹੈਗਾ, 3 ਨੂੰ ਜਾਂ 4 ਨੂੰ ਜਿੱਦਣ ਵੀ ਮਤਲਬ ਬਿਜ਼ਨਸ ਆਉਂਦਾ ਉਸ ਦਿਨ ਇਹ ਜਿਹੜਾ ਹੈ ਇਹਨੂੰ ਅਪਰੂਵਲ ਪੂਰੀ ਸੰਭਾਵਨਾ ਹੈ ਕਿ ਉਹ ਵਿਧਾਨ ਸਭਾ ਦੇ ਵਿੱਚ ਵੀ ਮਿਲ ਜਾਏ। ਜੀ ਬਹੁਤ ਬਹੁਤ ਧੰਨਵਾਦ। ਸੋ ਸਾਡੇ ਨਾਲ ਸਾਡੇ ਸੀਨੀਅਰ ਸਹਿਯੋਗੀ ਅਨਿਲ ਭਾਦਵਾਰ ਜੀ ਮੌਜੂਦ ਸੀ, ਜਿਨ੍ਹਾਂ ਦੇ ਨਾਲ ਪੰਜਾਬ ਦੇ ਕੁਝ ਖਾਸ ਵਿਸ਼ਿਆਂ ਦੇ ਬਾਰੇ ਗੱਲਬਾਤ ਕੀਤੀ ਹੈ। ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਣਾ। ਅਗਲੀ ਵਾਰ ਆਵਾਂਗੇ ਨਵੀਂ ਜਾਣਕਾਰੀ ਦੇ ਨਾਲ, ਉਦੋਂ ਤੱਕ ਲਈ ਧੰਨਵਾਦ।